पंजाब पटियाला में पुलिस की खाकी वर्दी एक बार फिर हुई दागदार। विजिलेंस ब्यूरो ने रिश्वत के मामले में डीएसपी के रीडर को किया गिरफ्तार। एक झगड़े को निपटाने के मामले में हवलदार सुखविंदर सिंह 30,000 रुपए की रिश्वत मांग रहा था और फिर यह सौदा 10,000 रुपए में तय हो गया और विजिलेंस ने इसे रिश्वत लेते हुए रंगे हाथों गिरफ्तार कर लिया। डीएसपी सिटी 1 ਦੇ ਰੀਡਰ ਸੁਖਵਿੰਦਰ ਸਿੰਘ ਜੀ ਉਹਨਾਂ ਨੇ ਸਾਡੇ ਬੰਦਿਆਂ ਨੂੰ ਸੁਦਰਸ਼ਨ ਕੁਮਾਰ ਜੀ ਨੂੰ ਛਿੰਦਾ ਜੀ ਹੋਰ ਕਾਫੀ ਬੰਦਿਆਂ ਨੂੰ ਫੋਨ ਕਰ ਰਹੇ ਸੀਗੇ ਕਿ ਤੁਸੀਂ 452 ਅਤੇ ਆਪਣੇ ਪਰਚੇ 'ਚੋਂ ਨਾਮ ਕਢਾਉਣਾ ਹੈ ਤਾਂ 30,000 ਰੁਪਇਆ ਪਰ ਬੰਦਾ ਲੱਗੇਗਾ ਜੀ ਬਿਲਕੁਲ। ਮਗਰ ਜਦ ਗੱਲ 30,000 ਰੁਪਏ ਤੋਂ ਆਉਂਦੀ ਅੱਜ ਸਾਡੀ ਗੱਲ 10,000 ਰੁਪਏ ਦੇ ਉੱਪਰ ਇੱਕ ਬੰਦੇ ਦੀ ਨਿਬੜ ਗਈ। ਮੈਂ ਸੁਦਰਸ਼ਨ ਕੁਮਾਰ ਨੀਟਾ ਜੀ ਅਤੇ ਗੁਰਮੁਖ ਸਿੰਘ ਧਾਲੀਵਾਲ ਜੀ ਅਸੀਂ ਵਿਜੀਲੈਂਸ ਆਫਿਸ ਆਏ ਕਿ ਇੱਦਾਂ ਇੱਦਾਂ ਸਾਡੇ ਤੋਂ ਮੰਗ ਕਰੀ ਜਾ ਰਹੀ ਹੈ ਜਦਕਿ ਅਸੀਂ ਬੇਕਸੂਰ ਹਾਂ। ਇਹਨਾਂ ਨੇ ਪਾਰਟੀ ਜਿੱਥੇ ਪੈਸਾ ਲੈਣਾ ਸੀ ਡੀਐਸਪੀ ਲੀਡਰ ਨੇ ਉੱਥੇ ਅਸੀਂ ਗਏ ਅਤੇ 10,000 ਰੁਪਏ ਰੰਗੇ ਹੱਥ ਪਕੜਿਆ ਗਿਆ। ਸੁਖਵਿੰਦਰ ਸਿੰਘ ਡੀਐਸਪੀ ਸਿਟੀ 1 ਦਾ ਰੀਡਰ ਰੰਗੇ ਹੱਥ 10,000 ਰੁਪਏ ਲੈਂਦੇ ਹੋਏ ਪਕੜਿਆ ਗਿਆ। ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਰੀਡਰ ਟੂ ਡੀਐਸਪੀ 1 ਸਿਟੀ 1 ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਕੰਪਲੇਂਟ ਸੁਖਵਿੰਦਰ ਕੁਮਾਰ ਸਾਨਾ ਸੁਦਰਸ਼ਨ ਕੁਮਾਰ ਸਾਨਾ ਕਪੂਰ ਚੰਦ ਵੱਲੋਂ ਕੰਪਲੇਂਟ ਕੀਤੀ ਸੀ। ਉਹਦੇ ਵਿਰੁੱਧ ਮੁਕੱਦਮਾ ਨੰਬਰ 176 ਕਤਵਾਲੀ PS ਕਤਵਾਲੀ ਵਿਖੇ ਦਰਜ ਸੀ। ਉਹਨੇ ਇੱਕ ਐਪਲੀਕੇਸ਼ਨ ਪਾਈ ਸੀ SSP ਸਾਹਿਬ ਦੇ ਦਫ਼ਤਰ। ਉਹ ਐਪਲੀਕੇਸ਼ਨ ਦੀ ਪੜਤਾਲ DSP ਸਿਟੀ 1 ਨੇ ਕਰਨੀ ਸੀ। ਉਹਦੇ ਸੰਬੰਧ 'ਚ ਇਹ ਕਹਿੰਦਾ ਸੀ ਵੀ 15,000 ਰੁਪਏ ਦਿਓ, 15,000 ਰੁਪਏ ਸੌਦਾ ਜਿਹੜਾ ਇਹਨਾਂ ਦਾ 10,000 ਰੁਪਏ 'ਚ ਹੋ ਗਿਆ ਸੀਗਾ ਅਤੇ ਉਹਦੇ ਸੰਬੰਧ 'ਚ ਇਹਨੇ 10,000 ਰੁਪਏ ਲੈਂਦੇ ਨੂੰ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੁਖਵਿੰਦਰ ਸਿੰਘ ਨੂੰ। ਪਟਿਆਲਾ ਸੇ ਬਰਿੰਦਰ ਸੈਨੀ ਕੀ ਰਿਪੋਰਟ।